ਅਸਲੀ ਕਿਸਾਨ ਹੋ, ਇਹ ਅਸਲੀ ਨਕਲੀ ਦੀ ਪਛਾਣ ਗਿਆ? ਉਹ ਹੰਸਰਾਜ ਨੂੰ ਪਤਾ ਹੋਣਾ। ਉਹ ਦੱਸੋ ਫਿਰ, ਉਹ ਪਤਾ ਲੱਗੇ ਹੰਸਰਾਜ ਨੂੰ ਪਤਾ, ਉਹਨੂੰ ਆਪਣਾ ਦੱਸਿਆ, ਆਪਣੇ ਪਿਓ ਦਾ ਹੈਗਾ ਉਹ। ਹੰਕਾਰ ਬੋਲਦਾ, ਹੰਕਾਰਿਆ ਤੋਂ ਮਾਰਿਆ, ਜਿਹੜੇ ਅੰਧਾ ਦਾ ਖਾਂਦਾ ਉਹਨਾਂ ਨੂੰ ਬੁਰਾ ਬੋਲਦਾ, ਉਹਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਹੰਸਰਾਜ ਹੰਸ ਕਹਿ ਰਿਹਾ ਕਿ 2 ਤਰੀਕ ਆ ਲੰਦੋ ਇਲੈਕਸ਼ਨਾਂ ਦਾ ਰਿਜ਼ਲਟ ਆ ਲੰਦੋ, ਫਿਰ ਦੇਖੋ ਕਿਸਾਨਾਂ ਦੇ ਮੂੰਹ ਕਿੱਦਾਂ ਬੰਦ ਹੁੰਦੇ ਆ। ਉਹਨੂੰ ਪਹਿਲਾਂ ਇਹ ਪੁੱਛ ਲੋ ਵੀ ਪਹਿਲਾਂ ਜਿੱਤ ਚੋਣਾਂ ਜਿੱਤ ਗਿਆ ਤੂੰ? ਇੱਕ ਮਿੰਟ, ਆਪਾਂ ਚਲੋ ਉਮੀਦ ਹੁੰਦੀ ਹੈ, ਪਤਾ ਤਾਂ ਨੀ ਹੁੰਦਾ ਵੀ ਜਿੱਤੂ ਜਾਂ ਨਾ ਜਿੱਤੂ, ਤੇ ਉਹ ਪਹਿਲਾਂ ਚੋਣਾਂ ਦਾ ਜਿੱਤਿਆ ਨੀ ਤੇ ਵਾਅਦੇ ਸਾਡੇ ਨਾਲ ਹੋਏ ਡੇੜੇ ਕਰਦਾ। ਉਰੇ ਇੱਕ ਗੱਲ ਹੋਰ ਕਹੀ, ਕਹਿ ਰਿਹਾ ਜਿਹੜੇ ਮੇਰੇ ਖਿਲਾਫ ਬੋਲ ਰਹੇ ਹੈ ਨਾ, ਹਾਂ ਕਿਸਾਨ ਨਹੀਂ ਹੈ, ਅੱਛਾ ਖਾਲਿਸਤਾਨ ਨਹੀਂ ਹੈ, ਜਿਹੜੇ ਜਿਹੜੇ ਅਸਲੀ ਕਿਸਾਨ, ਖਾਲਿਸਤਾਨ ਹੈ ਕਿੱਥੇ? ਜਿਹੜੇ ਅਸਲੀ ਕਿਸਾਨ ਹੈ ਉਹ ਤਾਂ ਮੇਰੀ ਸਪੋਰਟ ਦੇ ਵਿੱਚ ਹੈ। ਅੱਛਾ, ਉਹ ਤੇਰੀ ਸਪੋਰਟ ਚ ਕੋਈ ਨੀ, ਅਸੀਂ ਖਾਸ ਕਿਸਾਨ ਆ, ਪਿੰਡ ਫੂਲ ਦੇ ਕਿਸਾਨ ਆ, ਬਠਿੰਡੇ ਜ਼ਿਲ੍ਹੇ ਦੇ ਆ, ਸਾਡੇ 5 ਪੀੜੀਆਂ ਤੋਂ, ਮੈਨੂੰ ਯਾਦ ਹੈ 5 ਪੀੜੀਆਂ ਤੋਂ ਵਾਹੀ ਕਰਦੇ ਹੁੰਦੇ। ਅੱਛਾ, ਤੁਹਾਡਾ ਹਲਕਾ ਕਿਹੜਾ? ਫਰੀਦਕੋਟ ਹੀ ਸਾਡਾ ਹਲਕਾ, ਉਸੇ ਹਲਕੇ ਉਹਦਾ ਅਸੀਂ ਵਿਰੋਧ ਕੀਤਾ ਪਰਸੋਂ, ਗੁਰੂ ਕੇ ਕੋਠੇ ਆਇਆ ਸੀ, ਉੱਥੇ ਵੀ ਅਸੀਂ। ਉਹ ਕਹਿੰਦਾ ਵੀ ਮੈਂ ਆਉਣਾ ਵੀ ਜਿਹੜੇ ਇੱਥੇ ਮੈਨੂੰ ਰੋਕਦੇ ਆ ਕਿਸਾਨ ਨਹੀਂ ਹੈ, ਕੋਠਾ ਗੁਰੂ ਜੋ ਅਸੀਂ ਵਿਰੋਧ ਕਰਕੇ ਆਏ ਆ, ਸਾਰੇ ਬੰਦੇ ਬੈਠੇ ਆ ਸਾਡੇ ਜ਼ਿਲ੍ਹਾ ਬਠਿੰਡੇ ਦੇ, ਪਰਸੋਂ ਵਿਰੋਧ ਕਰਕੇ ਆਏ ਕੋਠਾ ਗੁਰੂ। ਪਰ ਅਸੀਂ ਇੱਕ ਗੱਲ ਕਹਿੰਦੇ ਆ ਵੀ ਜਿਹੜਾ ਬੰਦਾ ਵੋਟਾਂ ਤੋਂ ਪਹਿਲਾਂ ਮਤਲਬ ਵਾਅਦਾ ਕਰਦਾ ਵੀ ਇਹ ਜੇ ਮੈਂ ਜਿੱਤ ਗਿਆ ਮੈਂ ਕਰ ਦੂ, ਤੇ ਉਹਨੂੰ ਕੀ ਪਤਾ ਵੀ ਮੈਂ ਜਿੱਤੂ ਜਾਂ ਨਾ ਜਿੱਤੂ, ਪਤਾ ਹੈ ਉਹਨੂੰ? ਨਹੀਂ, ਕੋਈ ਕੁਛ ਨੀ ਆਉਂਦਾ। ਜੇ ਉਹ ਜਿੱਤ ਕੇ ਇਹ ਕੰਮ ਕਰਦਾ ਤਾਂ ਫਿਰ ਕੋਈ ਨੀ, ਫਿਰ ਅਸੀਂ ਵੀ, ਸਾਡੇ ਕੋਈ ਮੂੰਹ ਬੰਦ ਨਹੀਂ ਹੈ। ਪਰ ਵੋਟਾਂ ਵੇਲੇ ਤਾਂ ਅਸੀਂ ਸਮਝਦੇ ਹੁਣ ਤਾਂ ਕੋਈ ਪਾਵਰ ਨਹੀਂ, ਜਦੋਂ ਪਾਵਰ ਸੀ ਕਰੇ ਤਾਂ ਉਹਨਾਂ ਨੇ, ਮੋਦੀ ਨੇ 2 ਸਾਡੇ ਨਾਲ ਲਿਖਤੀ ਸਮਝੌਤੇ ਕਰੇ ਆ ਵੀ ਮੈਂ ਤੁਹਾਨੂੰ MSP ਦੇਊਂਗਾ, ਉਸ ਤੇ ਬਾਅਦ 2 ਸਾਲ ਲੰਘ ਗਏ ਤੇ 2 ਸਾਲਾਂ ਚ ਉਹਨੇ ਆਪਦੀ ਸਰਕਾਰ ਹੁੰਦੇ ਨੀ ਕਰਿਆ, ਤੇ ਆਉਣ ਵਾਲੀ ਸਰਕਾਰ ਚ ਉਹ ਕੀ ਸਾਨੂੰ ਦੇ ਸਕਦਾ? ਤੁਸੀਂ ਫਿਰ ਇਸ ਇਲੈਕਸ਼ਨਾਂ ਚ ਵੋਟ ਕਿਸ ਨੂੰ ਪਾਓਗੇ? ਕੌਣ ਅਸੀਂ ਤਾਂ ਵੋਟ ਬਾਈਕਾਟ ਸਾਡੇ, ਅਸੀਂ ਕਿਸੇ ਨੂੰ ਨਹੀਂ ਪਾਉਂਦੇ, ਕਿਸੇ ਨੂੰ ਵੀ ਨਹੀਂ ਪਾਉਂਦੇ, ਵੋਟ ਤਾਂ ਪਾਣੀ ਚਾਹੀਦੀ ਹੈ। ਨਹੀਂ, ਕਿਸੇ ਨੂੰ ਵੀ ਨਹੀਂ ਪਾਉਂਦੇ, ਸਾਡਾ ਬਾਈਕਾਟ ਹੈ ਜੀ, ਤੁਸੀਂ ਵੋਟ ਨਹੀਂ ਪਾਓਗੇ? ਨਾ, ਸਾਡਾ ਬਾਈਕਾਟ ਹੈ ਸਰ, ਜੁਨੀਆ ਦਾ ਤਾਂ ਵੋਟ ਖਰਾਬ ਹੋ ਜੂਗੀ, ਵੋਟ ਖਰਾਬ ਹੋ ਜੇ ਤੇ ਨਾ ਹੋ ਜੇ ਸਾਡਾ ਤਾਂ ਬਾਈਕਾਟ ਹੈ, ਜੁਨੀਆ ਦਾ ਤਾਂ ਬਾਈਕਾਟ ਹੀ ਹੈ। ਨਹੀਂ, ਜੇ ਤੁਸੀਂ ਵੋਟ ਨਹੀਂ ਪਾਈ ਇਹਦਾ ਮਤਲਬ ਇਹ ਤਾਂ ਨਹੀਂ ਇਲੈਕਸ਼ਨ ਨਹੀਂ ਹੋਊਗੇ, ਕੋਈ ਨਾ ਕੋਈ ਬਣੂਗਾ, ਨਹੀਂ ਬਣੂਗਾ ਤਾਂ ਫਿਰ ਵੀ ਕੋਈ ਨਾ ਕੋਈ ਬਣੂਗਾ, ਕੋਈ ਨਹੀਂ ਬਣਦੇ, ਸਾਨੂੰ ਕੋਈ ਡਰ ਨਹੀਂ, ਸਾਰੇ ਪੰਜਾਬ ਚ 1 ਸੀਟ ਆਊ ਭਾਜਪਾ ਨੂੰ, ਉਹ ਵੀ ਜਲੰਧਰ ਚ ਨਹੀਂ, 1 ਆਊ, ਸਾਨੂੰ ਨੀ ਪਤਾ ਕੌਣ ਜਲੰਧਰ ਚ ਆਊ, ਕਿਹੜਾ ਉਮੀਦਵਾਰ ਜਲੰਧਰ ਕਰਨੀ ਆ, ਕੋਈ ਨੀ, 1 ਆਊ ਵੱਧ ਤੋਂ ਵੱਧ, 1 ਆਊ। ਹੁਣ ਪਹਿਲਾਂ ਗੱਲ ਨੀ ਸਰਕਾਰਾਂ ਨੂੰ ਵੀ ਅੱਜ ਤਾਈ ਆਹੋ ਜਾਂ ਹੁਣ ਸਾਨੂੰ ਝੂਠੇ ਵਾਅਦੇ ਕਰ ਲੈਣਗੇ, ਤੇ ਮੀਡੀਆ ਦਾ ਟਾਈਮ ਹੈ, ਪਹਿਲਾਂ ਲੋਕਾਂ ਨੂੰ ਨਹੀਂ ਪਤਾ ਲੱਗਦੀ, ਨਹੀਂ ਪਤਾ ਸੀਗਾ ਗਵਰਨਮੈਂਟ ਕੀ ਕਰਦੀ, ਹੁਣ ਸਾਰਾ ਕੁਝ ਮਿੰਟ ਚ ਪਤਾ ਲੱਗ ਜਾਂਦਾ, ਮਿੰਟ ਚ ਪਤਾ ਲੱਗ ਰਿਹਾ। ਪਰ ਹੁਣ ਜੇ ਕੋਈ ਵਾਅਦਾ ਕਰਦਾ ਉਹਦਾ ਕੋਈ ਐ ਤਾਂ ਹੈ ਨੀ ਵੀ ਉਹ ਲੁਕੀ ਛੁਪੀ ਗੱਲ ਹੁੰਦੀ ਆ, ਹੁਣ ਮੀਡੀਆ ਸੋਸ਼ਲ ਮੀਡੀਆ ਰਾਹੀਂ ਉਹ ਮਤਲਬ ਕੇ ਸਾਰੇ ਗੱਲ ਫੈਲ ਜਾਂਦੀ ਆ, ਪਰ ਲੋਕਾਂ ਨੂੰ ਵੀ ਪਤਾ ਇਹਨਾਂ ਨੇ ਸਾਡੇ ਨਾਲ ਆਹ ਵਾਅਦੇ ਕੀਤੇ ਆ, ਪਰ ਅਸੀਂ ਕਹਿੰਦੇ ਵੀ ਜੇ ਵਾਅਦੇ ਕੀਤੇ ਤਾਂ ਜਾਂ ਤਾਂ ਪੂਰੇ ਕਰੋ, ਨਹੀਂ ਕਹੋ ਨਾ, ਕਿਉਂ ਸਰ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹ? ਬਿਲਕੁਲ, ਜੇਕਰ ਵਾਅਦੇ ਥੋਥੋਂ ਪੂਰੇ ਨਹੀਂ ਹੁੰਦੇ ਤਾਂ ਕਰਦੇ ਕਿਉਂ ਆ ਸਾਡੇ ਨਾਲ? ਹੰਸਰਾਜ ਹੰਸ ਕਹਿ ਰਿਹਾ ਕਿ ਜਿਹੜੇ ਵਿਰੋਧ ਕਰ ਰਿਹਾ ਮੇਰਾ ਉਹ ਅਸਲੀ ਕਿਸਾਨ ਨਹੀਂ ਹੈ, ਉਹ ਤਾਂ ਨਕਲੀ ਹੈ, ਜਿਹੜੇ ਅਸਲੀ ਕਿਸਾਨ ਆ ਉਹ ਤਾਂ ਮੇਰੇ ਨਾਲ ਖੜੇ ਆ। ਹੰਸਰਾਜ ਹੰਸ, ਉਹਨੂੰ ਆਪਣਾ ਪਤਾ ਵੀ ਮੈਂ ਅਸਲੀ ਹਾਂ ਜੀ, ਹੁਣ ਪਾਰਟੀ ਬਦਲ ਲਈ ਨੇ, ਬੀਜੇਪੀ ਚਲੇ ਗਿਆ, ਉਹ ਬੀਜੇਪੀ ਵਾਲੀਆਂ ਗੱਲਾਂ ਕਰਨ ਲੱਗ ਗਿਆ, ਬੀਜੇਪੀ ਚਲੇ ਗਿਆ, ਪਹਿਲਾਂ ਅਕਾਲੀ ਦਲ ਸੀ, ਕੱਲ ਨੂੰ ਤਾਂ ਟਿਕਟ ਨਾ ਮਿਲੀ, ਹਾਰ ਗਿਆ ਕੱਲ ਨੂੰ ਅਗਲੀ ਵਾਰੀ ਦੂਜੀ ਪਾਰਟੀ ਚਲੇ ਜਾਊਗਾ ਇਹ ਹੀ ਹੰਸਰਾਜ, ਤੁਹਾਨੂੰ ਤਾਂ ਪਤਾ ਜਿੰਨੇ ਵੀ ਘਰੇ ਖੜੇ ਕਿਸਾਨ ਦੇ ਪੁੱਤ। ਹਾਂਜੀ, ਫਿਰ ਇਹ ਬਿਆਨ ਦਿਆ, ਸਹੀ ਬਿਆਨ ਕੱਲ ਹੀ ਘੇਰਿਆ ਸੀ ਉਹਨੂੰ,
ਕਿੱਥੇ? ਸਾਨੂੰ ਉੱਥੇ ਪਿੰਡ ਆਪਣੇ ਭਗਤਾ ਭਾਈ ਕੀ ਬੋਲੀ ਜਾਂਦੇ ਕੁੱਤੇ ਭੌਂਕੀ ਜਾਂਦੇ ਥਾਲੀ ਦੇ ਬੈਂਗਣ ਹੈ 2 ਜੂਨ ਆ ਲੈਣ ਦੋ ਫਿਰ ਦੇਖੋ ਕਿਆ ਕਰਦਾ ਮੈਂ ਪਰਸੋਂ ਦੀ ਆਖਿਆ ਸੀ ਗਾਉਂ ਜੂਨ ਝੰਡਾ ਤੇ ਡੰਡਾ ਕੱਲੇ ਕਾਫੀ ਉਸਨੂੰ ਇੱਥੋਂ।